फगवाड़ा दे मोहल्ला गुरु तेग बहादुर नगर विखे उस समय हाहाकार मच गई जदों घरेलू झगड़े कारण दो परिवारां दी लड़ाई ने खूनी रूप धार लिया। जानकारी मुताबक यह लड़ाई घर च खर्चे नूं लै के दो भरावां ते उन्हां दे मुंडिया विचकार हुई है। इस संबंधी जानकारी दिंदिया परिवारक मैंबरां ने दस्सिया कि घर च किसे गल नूं लै के उन्हां दी अपने चाचे नाल लड़ाई चल रही सी, जिस तों बाद अज सवेरे उस लड़ाई ने खूनी रूप धार लिया, जिस चोना दी मां राणी मुंडा करमजीत अते मनजीत कुमार भयानक जख्मी होए ने, जो कि सिविल हस्पताल च जेरे इलाज ने। इस लड़ाई झगड़े दी एक वीडियो भी सामने आई है, जिस ते शरेआम दो परिवार एक दूजे नाल गाली गलौज कर रहे ने। मेरा नाम करमजीत कुमार है। की मामला जेड़ा लड़ाई झगड़े में हो गए? दरअसल मेरे पापा ते मेरा ब्रदर सवेरे फैक्ट्री खोलन गया सी, ठीक है जी, ते मेरे ताए दा मुंडा भी पिछे काम करदा, ते मैनू सवेरे फोन आया, मैं घरे सीगा उदों, ते ਇਹ ਨੇ ਲੜਦੇ ਪੈ ਸੀਗੇ ਪਹਿਲੇ ਹੀ ਸਾਡੇ ਚਾਚੇ ਹੋਣੀ ਅਤੇ ਸਾਡੇ ਚਾਚੇ ਦੀ ਕੁੜੀਆਂ ਦੋ ਇੱਕ ਮੁੰਡਾ ਅਤੇ ਸਾਡੀ ਭੂਆ ਆਈ ਆ, ਵਿੱਚ ਭੂਆ ਦੀ ਕੁੜੀ ਇਟਲੀ ਤੋਂ ਆਈ ਆ, ਭੂਆ ਦਾ ਮੁੰਡਾ ਹੀ ਵਿੱਚੇ ਆ। ਉਹਨਾਂ ਨੇ ਸਾਡੇ 'ਤੇ ਮਤਲਬ ਰਾਤੀ ਦੇ ਦੋ ਚਾਰ ਮੁੰਡੇ ਵੀ ਉਹਨਾਂ ਨੇ ਲਿਆ ਕੇ ਆਪਣੇ ਘਰ ਰੱਖੇ ਆ, ਕਹਿੰਦੇ ਤੁਹਾਡੀ ਫੈਕਟਰੀ ਨਹੀਂ ਚੱਲਣ ਦੇ ਪਏ ਆ ਜੇ ਵੋ, ਅਤੇ ਉਹਨਾਂ ਨੇ ਸਾਡੇ 'ਤੇ ਦਾਤਾਂ ਨਾਲ ਹਮਲਾ ਕੀਤਾ, ਕਿਰਪਾਨਾਂ ਮਾਰੀਆਂ ਅਤੇ ਇੱਟਾਂ ਮਾਰੀਆਂ, ਕੁੜੀਆਂ ਨੇ ਵੀ ਇੱਟਾਂ ਮਾਰੀਆਂ ਸਾਡੇ ਚੱਕ ਚੱਕ ਕੇ। ਅਤੇ ਜਦੋਂ ਮੈਂ ਗਿਆ, ਮੇਰੇ ਜਾਣ ਤੋਂ ਪਹਿਲਾਂ ਹੀ ਮੇਰੇ ਤਾਏ ਦੇ ਮੁੰਡੇ ਦਾ ਸਿਰ ਪਾੜਿਆ ਸੀਗਾ ਉਹਨਾਂ ਨੇ, ਠੀਕ ਹੈ ਜੀ, ਗਾਲੀ ਗਲੋਚ ਬਹੁਤ ਜ਼ਿਆਦਾ ਕਰਦੇ, ਮੈਂ ਛਡਾਉਣ ਲੱਗਾ ਅਤੇ ਮੇਰੇ ਵੀ ਅੱਟ ਮਾਰੀ ਉਹਨਾਂ ਨੇ, ਠੀਕ ਹੈ ਜੀ, ਦਾਤ ਵੀ ਬਹੁਤ ਮਾਰਦੇ ਸੀਗੇ ਉੱਧਰ, ਵਿੱਚੇ ਕਿਰਪਾਨਾਂ ਲੈ ਕੇ ਖੜ੍ਹੇ ਸੀਗੇ ਪਿੱਛੇ ਉਹ, ਅਸੀਂ ਵੀਡੀਓ ਵੀ ਬਣਾਈ ਆ ਅਤੇ ਵੀਡੀਓ ਦੇ ਵਿੱਚ ਉਹ ਸਾਰੇ ਆਉਂਦੇ ਪਏ ਆ। ਭਾਅ ਜੀ ਲੜਾਈ ਦਾ ਕੀ ਕਾਰਨ ਆ? ਲੜਾਈ ਦਾ ਕਾਰਨ ਇਹ ਆ ਕਿ ਸਾਡੀ ਹੈ ਨਾ ਭੂਆ ਦੀ ਕੁੜੀ ਇਟਲੀ ਤੋਂ ਆਈ ਆ, ਠੀਕ ਹੈ ਜੀ, ਭੂਆ ਸਾਡੀ ਡੇਢ ਮਹੀਨਾ ਦੋ ਮਹੀਨੇ ਹੋ ਗਏ ਸਾਡੇ ਚਾਚੇ ਘਰ ਰਹਿੰਦੀ ਆ, ਚਾਚਾ ਸਾਡਾ 40 ਸਾਲ ਹੋ ਗਿਆ ਡੈਡੀ ਨਾਲ ਕੰਮ ਕਰਦਾ ਆ ਜੀ, ਅਤੇ ਉਹਨਾਂ ਨੇ ਉਹਨੂੰ ਚੱਕਿਆ ਕਿ ਇਹਦਾ ਕੰਮ ਬੰਦ ਕਰਾਉਣਾ ਆਪਾਂ, ਅਤੇ ਉਹ ਜਦ ਇਹ ਕੰਮ ਬੰਦ ਕਰਾਉਣ ਲੱਗੇ ਸਾਡੀ ਭੂਆ ਦੀ ਕੁੜੀ ਆ ਜ਼ਿਆਦਾ ਕਰਦੀ ਜੀ, ਚਾਚੇ ਦੇ ਮੁੰਡੇ ਨੇ ਇੱਟਾਂ ਮਾਰੀਆਂ ਜੀ। ਜਿਹੜੇ ਵਿਅਕਤੀਆਂ ਨੇ ਤੁਹਾਨੂੰ ਮਾਰਿਆ ਉਹਨਾਂ ਦੇ ਨਾਮ ਵਗੈਰਾ ਪਤਾ ਤੁਹਾਨੂੰ ਕੁਛ? ਹਾਂਜੀ ਪਤਾ ਹੈ ਜੀ, ਪਹਿਲੇ ਨੰਬਰ 'ਤੇ ਤਾਂ ਜੀ ਮੇਰਾ ਚਾਚਾ ਜੀ ਆ ਸੰਤੋਖ ਰਾਮ ਬਿੱਟੂ। ਕੀ ਨਾਮ ਜੀ? ਸੰਤੋਖ ਰਾਮ ਬਿੱਟੂ। ਹਾਂਜੀ। ਅਤੇ ਦੂਜੇ ਨੰਬਰ 'ਤੇ ਉਹਦਾ ਮੁੰਡਾ ਆ ਸੰਜੀਵ ਕੁਮਾਰ, ਅਤੇ ਸਾਡੀ ਭੂਆ ਹੈਗੀ ਆ ਸੱਤਿਆ ਦੇਵੀ, ਅਤੇ ਉਹਦੀ ਕੁੜੀ ਇਟਲੀ ਤੋਂ ਆਈ ਆ, ਉਹ ਪਹਿਲ ਦੇ ਆਧਾਰ 'ਤੇ ਇਹ ਸਾਰਾ ਕੁਛ ਕਰਾ ਰਹੀ ਆ। ਉਹਦਾ ਨਾਂ ਹੈਗਾ ਸਰੋਜ, ਅਤੇ ਉਹਦੇ ਬ੍ਰਦਰ ਆ ਉਹ ਜਲੰਧਰ ਤੋਂ ਆਇਆ ਸਾਰੇ ਜਾਣੇ, ਉਹਦਾ ਨਾਂ ਹੈਗਾ ਬੱਬੂ, ਅਤੇ ਸਾਡੇ ਚਾਚੇ ਦੀਆਂ ਦੋਨੇ ਕੁੜੀਆਂ ਅਤੇ ਸਾਡੀ ਚਾਚੀ ਸਾਰੇ ਇੱਟਾਂ ਮਾਰਨ ਲੱਗੇ। ਇਸ ਭਾਜੀ ਕੀ ਨਾਂ ਜੀ ਆਪਣਾ? ਮਨਜੀਤ ਕੁਮਾਰ ਸਰ ਜੀ। ਹਾਂਜੀ, ਮਨਜੀਤ ਕੁਮਾਰ। ਮਨਜੀਤ ਕੁਮਾਰ ਜੀ, ਕੀ ਮਾਮਲਾ ਜਿਹੜਾ ਲੜਾਈ ਨੂੰ ਲੈ ਕੇ? ਮਾਮਲਾ ਸਰ ਜੀ, ਸਾਡੇ ਚਾਚੇ ਇਕੱਠੇ ਪਿੰਡ ਦੀ, ਮੇਰੇ ਚਾਚੇ ਛੋਟੇ ਚਾਚੇ ਦੀ ਵੱਡੇ ਜੀ। ਹਾਂਜੀ। ਇਹਨਾਂ ਦਾ ਕੋਈ ਆਪਸ ਜੀ ਕੋਈ ਮਤਲਬ ਹੋਊਗਾ ਕੋਈ ਰੌਲਾ ਰੱਪਾ? ਅਸੀਂ ਕਿਹਾ ਤੁਹਾਡੀ ਗੱਲ 'ਚ ਸੀ ਕਿ ਇੰਨਾ ਨਾ, ਅਸੀਂ ਤਾਂ ਕੱਲ੍ਹ ਦੇ ਬੋਲਦੇ ਨਹੀਂ ਸੀਗੇ, ਇਹਨਾਂ ਬੰਦੇ ਸਮਝਾ ਕੇ ਗਏ ਇਹਨਾਂ ਨੂੰ, ਉਹਨਾਂ ਨੇ ਇਹਨਾਂ ਜੀ ਫੇਰ ਸਵੇਰੇ ਮੰਮੀ ਝਾੜੂ ਫੇਰਦੀ ਸੀ ਬਾਹਰ, ਅਤੇ ਮੈਂ ਕੰਮ 'ਤੇ ਸੀਗਾ ਅੰਦਰ ਫੈਕਟਰੀ, ਜੋ ਜਿੰਦੇ ਖੋਲ੍ਹੀ ਚਾਚੇ ਉਹਨਾਂ ਨੇ ਆ ਕੇ ਨਾਲੇ ਬੋਲਣ ਲੱਗ ਗਈਆਂ, ਭੂਆ ਕੁੜੀ ਮੇਰੀ ਬਾਹਰ ਹੋਈ ਆ, ਭੂਆਇਆ ਇਹਨਾਂ ਨੇ ਮੰਮੀ ਨੂੰ ਹੱਥ ਪਾਇਆ, ਫਿਰ ਮੇਰੇ ਇਹਨਾਂ ਨੇ ਸਿਰ 'ਚ ਅੱਟ ਮਾਰੀ ਸੱਟੀ। ਮੁੱਖ ਕਾਰਨ ਕੀ ਹੈ ਲੜਾਈ ਦਾ? ਮੁੱਖ ਲੜਾਈ ਵੀ ਇਹੀ ਹੈ, ਖਰਚੇ ਪਾਣੀ ਦੀ ਗੱਲ ਆ, ਲੋਕਡਾਊਨ 'ਚ ਤੁਹਾਨੂੰ ਪਤਾ ਹੈ ਚਾਚਾ ਦੇਈ ਜਾਂਦਾ ਖਰਚਾ, ਇਹਨਾਂ ਨੇ ਗੱਲ ਵਧਾ ਲਈ ਜੀ ਇਹਨਾਂ ਨੇ। ਝਾੜੂ ਫੇਰਦੀ ਸੀਗੀ, ਕੁਛ ਨਹੀਂ ਗਿਆ ਇਹਨਾਂ ਨੂੰ, ਇਹਨੇ ਮੈਨੂੰ ਆ ਕੇ ਪਾਉਣਾ ਤੋਂ ਫੜ ਕੇ ਮੈਨੂੰ ਪੁਲਿਸ ਪੁਲਿਸ ਕੁੱਟਿਆ। ਕੌਣ ਵਿਅਕਤੀ ਨੇ, ਕਿਹੜੇ ਵਿਅਕਤੀ ਨੇ ਕੁੱਟਿਆ ਤੁਹਾਨੂੰ? ਇੱਕ ਮੇਰੀ ਨਨਾਣ ਦੀ ਕੁੜੀ ਹੈ, ਨਨਾਣ ਆ। ਕੀ ਨਾਂ ਉਹਨਾਂ ਦਾ? ਸਰੋਜ। ਮੈਨੂੰ ਬਹੁਤ ਬੁਰੀ ਤਰ੍ਹਾਂ ਕੁੱਟਿਆ, ਮੈਨੂੰ ਮੈਨੂੰ ਹੋਸ਼ ਕੋਈ ਨਹੀਂ ਰਹੀ। ਕੀ ਮਾਮਲਾ ਹੈ ਜਿਹੜਾ ਲੜਾਈ? ਮਸਲਾ ਸੀ ਦਰਬਾਰ ਕੁਮਾਰ ਅਤੇ ਬਿੱਟੂ ਦਾ, ਅਤੇ ਮੇਰਾ ਬ੍ਰਦਰ ਮੇਰੇ ਚਾਚਾ ਜੀ ਜਾਣੇ ਉੱਥੇ, ਮੇਰਾ ਬ੍ਰਦਰ ਇਹਨਾਂ ਦਾ ਫੈਕਟਰੀ ਕੰਮ ਕਰਦਾ ਸੀ ਸਾਡੇ ਘਰ ਦੇ ਨਾਲੇ ਫੈਕਟਰੀ ਆ, ਅਤੇ ਆਪਸ ਵਿੱਚ ਇਹਨਾਂ ਦੀ ਗੱਲ ਹੋਈ, ਕੁਛ ਪੁਰਾਣੇ ਬੰਦਿਆਂ ਨੇ ਸਮਝਾਤਾ, ਅਤੇ ਇਹ ਕਹਿੰਦੇ ਫੈਕਟਰੀ ਦਾ ਲੋਕ ਨਹੀਂ ਖੋਲ੍ਹਣਾ, ਉਹਨੇ ਲੋਕਲ ਦੇ ਕੋਈ ਵਰਕਰ ਆ ਜਿਹੜਾ ਕੰਮ ਕਰਨਾ ਹੀ ਆ, ਇਹ ਕੰਮ ਕਰਨ ਲੱਗ ਗਿਆ, ਇਹਨੇ ਇਹਨੇ ਗੱਲ ਗਲੋਸ਼ ਕੀਤੀ, ਅੰਦਰੋਂ ਮਸ਼ੀਨ ਤੋਂ ਕੱਢ ਗਏ ਬਾਹਰ ਫੈਕਟਰੀ ਤੋਂ, ਅਤੇ ਇੰਨਾ ਤੋੜੂ ਟੈਕ ਦੇ ਨਾਲ ਸਾਡਾ ਘਰ ਆ, ਮੰਮੀ ਜੀ ਮੇਰੇ ਆਏ ਆ, ਅਤੇ ਇਹਨਾਂ ਵੀ ਮਾਰ ਕੁਟਾਈ ਕਰਤੀ, ਚਾਚੇ ਦਾ ਲੜਕਾ ਉਹ ਫੈਕਟਰੀ ਜਦੋਂ ਆਇਆ ਉਹ ਦੇਖਿਆ ਛੜਾਉਣ ਦੀ ਕੋਸ਼ਿਸ਼ ਕੀਤੀ, ਉਹਨਾਂ ਨੂੰ ਸਿਰ ਪਾਰ ਕਰਦਾ ਕਿ ਸਾਡੀ ਭੂਆ ਦੀ ਕੁੜੀ ਆ ਸੋਜ, ਅਤੇ ਸੱਤਿਆ ਮੇਰੀ ਭੂਆ ਜੀ, ਅਤੇ ਉਹਨਾਂ ਦੇ ਲੜਕੇ ਰਾਤੀ ਦੇ ਮੁੰਡੇ ਨਹੀਂ ਸੱਦੇ ਕੰਮ, ਰਾਤੀ ਦਾ ਇਹ ਕਾਂਡ ਰਾਤੀ ਹੋਣ ਲੱਗਾ ਸੀ, ਪਰ ਕੁਛ ਮਾਰਕੁੱਟ ਕੀਤੀ ਹੈ ਤੇ ਉਹਨਾਂ ਨਾਲ ਭਾਰੀ ਗਾਲੀ ਗਲੋਚ ਵੀ ਕੀਤਾ ਹੈ। ਹਾਂਜੀ ਸੱਤਿਆ ਜੀ, ਕੀ ਮਾਮਲਾ ਜਿਹੜਾ ਲੜਾਈ ਝਗੜੇ ਨੂੰ ਲੈ ਕੇ?
छोटे कुछ नहीं दिता है छोटा मेरे को रोंदा रहा मेरे न्याणे वर्गा वो ही कहती तू अपना टाइम कट टाइम कट ये मेरी कुड़ी बाहरों आई आ तो वो ना मेरा दोता जो चल नहीं सकता सैकल से आना कितने लैके जाना हूँ मेरे भरा कहते तू इतें लै आ तो असं गड्डी च लै जाए करें इन्होंने को गड्डी आ तो वो इतने लैके मैनू वो पिछे आना पैंता है है ना तो ये कहते जी जो करवा भूआ ही करवा जो करवा भूआ की कुड़ी करवा बहुत गाला कटते बहुत गाला कटते मेरे अंत प्यारी सी मैं इन्हों की ये मैनू भी बख्शते ने मुंडे जोड़े मेरे भरा ने गाल कटते इन्ना गंद वक दे ना ये चार ही जने तो असी जो चुप मैर वह मेरी कुड़ी कहती भी सानू कहते गाला कटते हैं कंध भी बहुत कल भी पुलिस गई आ हूँ ना असं बहर बैठे भी मेरा भरा कहना वा कारखाना ना हूँ खोलन दिन साढ़े मेरे भरा दूए भी आए थे फैसला करवा पुलिस गई सी मेरे भरा आए ताए के पुत कहते कोई गल नहीं भैन आप वे आप बह कि गल करो मैं क्या भरावा जी सा गल वो करा दे मैनू मैनू क्यों गाला कटते हैं मेरे भतीजे ने मेरे पुत को फोन किया अपनी माँ को नाल लैके साडा कर्जा लावे मैं कहा कोई गल नहीं मैं लड़ ना पैण कितने है ना कोई ना मैं आ जाती मैं कल उदा ही आ गई घर गई सी जो मैं आई तो मैं इन्होंने चुप चुप करा अपने भरा मैं तुम्हें बोलना ही नहीं तो कला आया न्याणा जहाँ मेरा भरा आया कुड़िया वोदिया तो असं आराम ना मैं कहा गेट ला ये मेरा डर मानता मैं गेट ला चुप करके बह जाओ बोलते बोल देंगे इन्होंने चलो वो भी अपने घर चल गया मैं झूठ नहीं बोलना वो भी नहीं आए सवेरे आए हैं असं बाहर बह गए मावा तक अपने बुढ़े के मोहरे ही तो भरा मेरा कोठे से पै गया उन्होंने नहीं पता है तो इन्हें कारखाना खोलिया खोल के चला लग पाए इन्हें जो ना सानू देखा मावा धियां बैठे ना मेरा बड़ा भतीजा कह के कहता जे लड़ाई की मैनू फोन कर दियो तो यह ना आए तिने जने इन्हें भरावा इन्हों मावं भी गाला लग पढ़ मेरी कुड़ी भी मैनू भी ये बदमाश इतने आई आने सब कुछ कराया इन्हें इदा कराया उन्हें भरावा मेरी कुड़ी कहती मेरी माँ क्यों गाला कटते हैं इन्हें भरावा सानू आ फड़ लिया दोनों मेरिया भरजाइया चौ मेरे भतीजे ने एक मेरे भरा आंटी तुम फॉरन कंट्री चो आए नहीं मेरी कुड़ी आई आ उत्थे दूजे पासे जख्मियां दा इलाज करन वाले डॉक्टर दा कहना है कि उन्हां कोल सवेरे चार मरीज आए ने जो कि गंभीर रूप च जख्मी ने फिलहाल उन्हां वल्लों जख्मियां दा इलाज कीता जा रहा है मैं डॉक्टर जे चंद्र सिविल हस्पताल दे मॉर्निंग ड्यूटी ते तैनात हां ते तकरीबन 9 बजे दे करीब चार पेशेंट लड़ाई करके आए लड़ाई दे मामले च आए आ ते गुरु तेग बहादुर नगर मोहल्ला फवाड़ा अपना पुलिस स्टेशन इंडस्ट्रियल एरिया पैंदा उन्हां दे चार दे पर्चे कट के पेशेंट नूं दाखिल कर दिता गया सर की नाम वगैरह है उन्होंने उन्होंने चार नाम है जी करमजीत कुमार मनजीत कुमार राणी ते सत्यदेव तो लड़ाई का कारण की है मुख्य लड़ाई का कारण है जी पूछा उन्होंने जो भी सभी आपसी लड़ाई हुई है तो उन्होंने पर्चे कट के उन्होंने प्रॉपर फर्स्ट टाइम ट्रीटमेंट दी कि महल हुई लड़ाई ये गुरु तेग बहादुर नगर टिब्बी फगवाड़ा फगवाड़ा तो यश शर्मा की रिपोर्ट जेकर तुसी मर्दाना कमजोरी तो हो परेशान जिमें नसा दी कमजोरी सैक्स इच्छा दी कमी बचपन च कीतियां गलतियां तांत शिकर पतन घट शकराणु जां पेशाब नाल विरज आउणा तां हुण घबराउण दी नहीं लोड़ तुहाडी हर बीमारी दा इलाज करनगे डॉक्टर ललित वर्मा हुण कदों तक गुप्त रोगां नूं छुपाउंदे रहोगे उम्र होवे 25 जां 80 साल डर डर ना भटको असी करांगे सफल इलाज अनेक डॉक्टर हकीमां तों पुड़ियां खा के तंग आ चुके मरीज अज ही आओ ताकत जोश अते जवानी लई आखरी उम्मीद वर्मा आयुर्वैदिक दवाखाना नाइया वाला चौंक फगवाड़ा हुणे फोन करो 98144-6471 98150-6471